ਮੈਂ ਉਹ ਬਦਕਿਸਮਤ ਔਰਤ ਹੈ ਜਿਹੜੀ ਪਿਛਲੇ 4 ਮਹੀਨੇ ਤੋਂ ਪੁਲਿਸ ਪ੍ਰਸ਼ਾਸਨ ਦੇ ਕੋਰਟ ਕਚਹਿਰੀਆਂ ਦੇ ਧੱਕੇ ਖਾ ਰਹੀ ਹਾਂ, ਜਿੱਥੇ ਮੈਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਹੈਗਾ। ਮੈਨੇ 26 ਸਤੰਬਰ 2023 ਨੂੰ ਇੱਕ ਐਪਲੀਕੇਸ਼ਨ SSP ਬਰਨਾਲਾ ਨੂੰ ਦਿੱਤੀ ਸੀ, ਜਿਹਦੇ ਵਿੱਚ ਮੇਰੇ ਨਾਲ ਧੱਕਾ ਹੋਇਆ ਸੀ। ਮੇਰੀ ਜਿੰਮ ਦੇ ਵਿੱਚ ਇੱਕ ਮੁੰਡਾ ਸੀ ਗੁਰਦੀਪ ਨਾਮ ਦਾ, ਜੋ 32 ਸੇਖਵਾਂ ਦਾ ਰਹਿਣ ਵਾਲਾ ਸੀਗਾ। ਉਹਨੇ ਮੈਨੂੰ ਉਹਦੇ ਪਿਆਰ ਦੇ ਜਾਲ ਵਿੱਚ ਫਸਾ ਕੇ ਮੇਰੇ ਨਾਲ ਦੋਸਤੀ ਕਾਇਮ ਕੀਤੀ। ਦੋਸਤੀ ਕਾਇਮ ਕਰਨ ਤੋਂ ਬਾਅਦ ਉਹ ਆਪਣੇ ਨਾਨਕੇ ਘਰ ਟੱਲੇਵਾਲ ਮੈਨੂੰ ਲੈ ਕੇ ਗਿਆ, ਜਿੱਥੇ ਉਹਨੇ ਮੇਰੇ ਨਾਲ ਧੱਕਾ ਕੀਤਾ, ਮੇਰੀਆਂ ਅਸ਼ਲੀਲ ਫੋਟੋਆਂ ਖਿੱਚੀਆਂ। ਲਗਾਤਾਰ ਮੈਨੂੰ ਪਿਛਲੇ 6 ਮਹੀਨੇ ਤੋਂ ਬਲੈਕਮੇਲ ਕਰਦਾ ਆ ਰਿਹਾ ਸੀ, ਮੇਰਾ ਸਰੀਰਕ ਸ਼ੋਸ਼ਣ ਕਰਦਾ ਆ ਰਿਹਾ ਸੀ, ਜਿੱਥੇ ਤੱਕ ਹੁਣ ਤੱਕ ਉਹਨੇ ਮੈਥੋਂ 7 ਲੱਖ ਰੁਪਇਆ ਖਾ ਚੁੱਕਿਆ ਗਾ। ਉਹਦੇ ਵਿੱਚ ਉਹਦਾ ਭਰਾ ਗੁਰਵਿੰਦਰ ਸਿੰਘ ਸ਼ਾਮਲ ਸੀ, ਉਹਦੀ ਘਰਵਾਲੀ ਹਰਦੀਪ ਕੌਰ, ਉਹਦੀ ਮਾਂ ਅਤੇ ਉਹਦਾ ਪਿਓ। ਅਤੇ ਜਿੱਥੇ ਤੱਕ ਉਹਦੀ ਘਰਵਾਲੀ ਦੀਆਂ ਰਿਕਾਰਡਿੰਗਾਂ ਮੇਰੇ ਕੋਲ ਪਈਆਂ ਨੇ, ਜਿਹਦੇ ਵਿੱਚ ਉਹ ਹਮੇਸ਼ਾ ਮੈਨੂੰ ਧਮਕੀਆਂ ਦਿੰਦੇ ਸੀਗੇ, ਮੈਨੂੰ ਮੇਰੇ ਆਂਢ ਗੁਆਂਢ 'ਚ ਫੋਟੋਆਂ ਵਾਇਰਲ ਕਰਨ ਦੀਆਂ, ਮੇਰੇ ਘਰਵਾਲੇ ਨੂੰ ਫੋਟੋਆਂ ਭੇਜਣ ਦੀਆਂ ਧਮਕੀਆਂ ਦਿੰਦੇ ਸੀ। ਤਾਂ ਮੈਂ ਮਜ਼ਬੂਰਨ ਇਹਨਾਂ ਦਾ ਹੱਤਿਆਚਾਰ ਸਹੀ ਗਈ, ਪਰ ਉਸ ਤੋਂ ਜ਼ਿਆਦਾ ਹੱਤਿਆਚਾਰ ਮੇਰੇ ਨਾਲ ਪ੍ਰਸ਼ਾਸਨ ਨੇ ਕੀਤਾ। ਮੈਨੂੰ ਨਾ ਇਨਸਾਫ ਨਹੀਂ ਮਿਲਿਆ। ਮੈਨੂੰ 4 ਮਹੀਨੇ ਹੋ ਗਏ ਧੱਕੇ ਖਾਂਦੇ ਨੂੰ। ਉਹਨਾਂ ਨੇ 24/11/2023 ਨੂੰ ਉਹਦੇ 'ਤੇ FIR ਦਰਜ ਕੀਤੀ ਟੱਲੇਵਾਲਾ ਥਾਣੇ ਵਿਖੇ। ਉਹ ਤੋਂ ਦਰਜ ਹੋਣ ਤੋਂ ਬਾਅਦ ਹੁਣ ਤੱਕ ਉਹਨੂੰ ਕੋਈ ਅਰੈਸਟ ਨਹੀਂ ਕੀਤਾ ਗਿਆ ਹੈਗਾ ਗਾ। ਮੈਨੂੰ ਸਮਝ ਨਹੀਂ ਆ ਰਹੀ ਪ੍ਰਸ਼ਾਸਨ ਕਿਉਂ ਨਹੀਂ ਉਹਨੂੰ ਅਰੈਸਟ ਕਰਦਾ ਗਾ। ਉਹ ਮੁਜਰਮ ਹੈ, ਉਹਨੇ ਮੇਰੇ ਨਾਲ ਧੱਕਾ ਕੀਤਾ ਗਾ, ਮੇਰਾ ਸਰੀਰਕ ਸ਼ੋਸ਼ਣ ਕਰਦਾ ਆ 6 ਮਹੀਨੇ ਤੋਂ। ਕਿਉਂ ਨਹੀਂ ਤੁਸੀਂ ਉਹਨੂੰ ਅਰੈਸਟ ਕਰਦੇ? ਮੈਨੇ ਇਕੱਲਾ ਇਕੱਲਾ ਪਰੂਫ, ਇਕੱਲਾ ਇਕੱਲਾ ਸਬੂਤ ਪੁਲਿਸ ਨੂੰ ਦਿੱਤਾ ਗਾ, ਕਿਉਂ ਪੁਲਿਸ ਉਹਨਾਂ ਨੂੰ ਅਣਗੌਰੀ ਕਰ ਰਹੀ ਹੈ? ਜਿੱਥੇ ਹੁਣ ਉਹਦੇ ਪਿਓ ਨੇ ਇਨਕੁਆਇਰੀ ਲਗਵਾਈ ਹੈ, ਜਿਹਦੇ ਵਿੱਚ ਉਹ ਕਹਿੰਦਾ ਕਿ ਮੇਰੇ ਮੁੰਡੇ ਨੂੰ ਬੇਕਸੂਰ ਹੈ, ਉਹਨੂੰ FRI ਦੇ ਵਿੱਚੋਂ ਬਾਹਰ ਕੱਢਿਆ ਜਾਵੇ। ਪਰ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਰੋਜ਼ਾਨਾ ਸਪੋਕਸਮੈਨ ਅਖਬਾਰ 'ਚ 2 ਸਤੰਬਰ 2023 ਨੂੰ ਉਹਦੇ ਪਿਓ ਨੇ ਉਹਨੂੰ ਬੇਦਖਲ ਕੀਤਾ ਗਾ, ਜਿਹਦੇ ਮੈਂ ਸਬੂਤ ਪੁਲਿਸ ਨੂੰ ਦੇਣ ਦੀ ਕੋਸ਼ਿਸ਼ ਕੀਤੀ ਇਨਕੁਆਇਰੀ ਦੇ ਵਿੱਚ, ਪਰ ਉਹਨਾਂ ਨੇ ਮੇਰੇ ਤੋਂ ਕੋਈ ਸਬੂਤ ਨਹੀਂ ਲਿੱਤਾ। ਉਹ ਕਹਿੰਦੇ ਅਸੀਂ ਇਹ ਚੀਜ਼ਾਂ ਨੂੰ ਮੰਨਦੇ ਨਹੀਂ ਹੈਗੇ। ਰਵਨੀਸ਼ ਚੌਧਰੀ JSPD ਇਹਦੀ ਇਨਕੁਆਇਰੀ ਕਰ ਰਹੇ ਨੇ, ਪਰ ਉਹ ਮੇਰੀ ਇੱਕ ਵੀ ਨਹੀਂ ਸੁਣਦੇ ਹੈਗੇ। ਮੈਂ ਉਹਨਾਂ ਨੂੰ ਕਿਹਾ ਕਿ ਸਰ ਵੀ ਮੈਂ ਆਪਣੇ ਬੱਚੇ ਨੂੰ ਜਦੋਂ ਸਕੂਲ ਛੱਡਣ ਜਾਂਦੀ ਹਾਂ, ਮੇਰੇ ਵਿੱਚ ਲਿਆ ਕੇ ਗੱਡੀ ਮਾਰਦੇ ਨੇ, ਮੇਰੇ ਅਤੇ ਮੇਰੇ ਬੱਚੇ ਦੇ ਸੱਟਾਂ ਮੱਜਦੀਆਂ ਨੇ, ਫਿਰ ਮੈਨੂੰ ਲਗਾਤਾਰ ਕਾਲ ਕਰਕੇ ਧਮਕੀਆਂ ਮਿਲਦੀਆਂ ਨੇ ਅਲੱਗ ਅਲੱਗ ਨੰਬਰਾਂ ਤੋਂ ਮੈਨੂੰ ਕਹਿੰਦੇ ਨੇ ਕਿ ਆਪਦੀ ਕੰਪਲੇਂਟ, ਆਪਦੀ ਪਰਚਾ ਵਾਪਸ ਲੈ, ਜੇ ਤੂੰ ਆਪਦਾ ਪਰਚਾ ਵਾਪਸ ਲਿੱਤਾ ਤੇਰੀਆਂ ਫੋਟੋਆਂ ਵਾਇਰਲ ਕਰਾਂਗੇ, ਤੇਰੇ ਨਾਲ ਬਹੁਤ ਗਲਤ ਚੀਜ਼ਾਂ ਹੋਰ ਵੀ ਹੋ ਸਕਦੀਆਂ ਨੇ। ਪਰ ਮੈਂ ਜਦੋਂ ਰਵਨੀਤ ਚੌਧਰੀ ਜੀ ਨੂੰ ਇਹ ਗੱਲਾਂ ਕਹੀਆਂ ਤਾਂ ਉਹਨਾਂ ਨੇ ਮੈਨੂੰ ਕਹੀਆਂ ਕਿ ਅਸੀਂ ਨਹੀਂ ਇਹ ਚੀਜ਼ਾਂ ਮੰਨਦੇ।
ਜਿੱਥੇ ਤੱਕ ਮੈਨੂੰ ਇਹ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਉਹਦਾ ਸਾਥ ਦੇ ਰਹੀ ਹੈ, ਕਿਉਂਕਿ ਉਹ ਰਿਕਾਰਡਿੰਗ ਦੇ ਵਿੱਚ ਹਮੇਸ਼ਾ ਮੈਨੂੰ ਇਹੀ ਧਮਕੀਆਂ ਦਿੰਦਾ ਗਾ ਕਿ ਤੂੰ ਕੀ ਕਰ ਲਏਂਗੀ ਸਾਡਾ, ਵੀ ਤੂੰ ਕੀ ਕਰ ਲਏਂਗੀ ਸਾਡਾ, ਕਿਉਂਕਿ ਅਸੀਂ ਤਾਂ ਵੱਡੇ ਵੱਡੇ ਅਫਸਰਾਂ ਨੂੰ ਪੈਸੇ ਦੇ ਚੁੱਕੇ ਹਾਂ, ਅਸੀਂ ਤਾਂ ਇਹ ਕੇਸ ਚੋਂ ਬਾਹਰ ਨਿਕਲ ਜਾਵਾਂਗੇ। ਮੇਰੇ ਕੋਲ ਅੱਜ ਵੀ ਰਿਕਾਰਡਿੰਗਾਂ ਹੈਗੀਆਂ ਨੇ ਜਿਹ 'ਚ ਉਹ ਵੱਡੇ ਵੱਡੇ ਅਫਸਰਾਂ ਦਾ ਨਾਮ ਲੈਂਦੇ ਨੇ, ਪੰਜ ਪੰਜ ਛੇ ਛੇ ਲੱਖ ਰੁਪਏ ਦੇਣ ਦੀਆਂ ਗੱਲਾਂ ਕਰਦੇ ਨੇ, ਵੀ ਇਹ ਚੀਜ਼ਾਂ ਉਹ ਕੰਟੀਨਿਊਸ ਕਰ ਰਹੇ ਨੇ। ਜਿੱਥੇ ਤੱਕ ਮੈਂ ਪ੍ਰਸ਼ਾਸਨ ਨੂੰ ਇਹ ਚੀਜ਼ਾਂ ਵੀ ਕਹੀਆਂ ਨੇ, ਪਰ ਮੇਰੀ ਉਹ ਇੱਕ ਨਹੀਂ ਸੁਣਦੀ ਹੈਗੀ। ਮੇਰੇ ਵੱਲੋਂ ਕੋਈ ਪ੍ਰੂਫ ਨਹੀਂ ਲਿੱਤੇ ਜਾ ਰਹੇ, ਹਰੇਕ ਨੂੰ ਉਹ ਮਨਾ ਕਰ ਦਿੰਦੇ ਨੇ। ਮੈਂ ਪਰੇਸ਼ਾਨ ਹੋ ਚੁੱਕੀ ਹਾਂ, ਮੈਂਟਲੀ ਫਿਜ਼ੀਕਲੀ ਮੈਨੂੰ ਬਹੁਤ ਟੋਰਚਰ ਕੀਤਾ ਜਾ ਰਿਹਾ, ਬਹੁਤ ਹੱਦੋਂ ਵੱਧ ਮੇਰੇ ਨਾਲ ਜੋ ਧੱਕਾ ਹੋਇਆ, ਮੈਂ ਸਿਰਫ ਉਹਦਾ ਇਨਸਾਫ ਮੰਗਦੀ ਹਾਂ, ਸਿਰਫ ਮੈਂ ਉਹੀ ਚੀਜ਼ਾਂ ਕਹਿੰਦੀ ਹਾਂ ਕਿ ਮੈਨੂੰ ਇਨਸਾਫ ਦਿੱਤਾ ਜਾਵੇ, ਪਰ ਪ੍ਰਸ਼ਾਸਨ ਮੇਰੀ ਇੱਕ ਨਹੀਂ ਸੁਣਦਾ ਹੈਗਾ। ਮੈਂ ਗੇੜੇ ਲਾ ਲਾ ਕੇ ਥੱਕ ਚੁੱਕੀ ਹਾਂ, ਜਿੱਥੇ ਤੱਕ ਕੋਰਟ ਨੇ ਉਹਦੇ ਰੈਸਟ ਵਾਰੰਟ ਕੱਢੇ ਹੋਏ ਨੇ ਕਿ ਉਹਨੂੰ ਰੈਸਟ ਕੀਤਾ ਜਾਵੇ, ਪਰ ਉਹ ਖੁੱਲ੍ਹੇ ਆਮ ਘੁੰਮਦਾ ਗਾ। ਇਹ ਪ੍ਰਸ਼ਾਸਨ ਨਹੀਂ ਸੁਣਦਾ ਹੈਗਾ, ਨਹੀਂ ਸੁਣਦਾ, ਇਹ ਵੀ ਸਿਰਫ ਪੈਸੇ ਵਾਲੇ ਦੀ ਸੁਣਦਾ ਗਾ, ਮੇਰੀ ਨਹੀਂ ਸੁਣਦਾ ਹੈਗਾ ਗਾ। ਮੈਂ ਪਰੇਸ਼ਾਨ ਹੋ ਚੁੱਕੀ ਹਾਂ ਹੱਦੋਂ ਵੱਧ, ਕਿਉਂਕਿ ਮੈਂ ਹੋਰ ਟੋਰਚਰ ਨਹੀਂ ਸਹਿ ਸਕਦੀ। ਮੈਂ ਬਹੁਤ ਡਿਪਰੈਸ਼ਨ 'ਚ ਆ ਚੁੱਕੀ ਹਾਂ ਕਿ ਮੇਰੇ ਕੋਲ ਕੋਈ ਰਸਤਾ ਨਹੀਂ ਹੈਗਾ, ਕਿਉਂਕਿ ਉਹਨਾਂ ਨੇ ਵਾਰ ਵਾਰ ਮੈਨੂੰ ਫੋਟੋਆਂ ਵਾਇਰਲ ਕਰਨ ਦੀਆਂ ਧਮਕੀਆਂ ਦਿੰਦੇ ਨੇ। ਜਿੱਥੇ ਤੱਕ ਮੈਨੇ ਰਵਨੀਸ਼ ਚੌਧਰੀ ਜੀ ਨੂੰ ਇਹ ਗੱਲ ਕਹੀ ਹੈ ਕਿ ਉਹਦਾ ਫੋਨ ਪਕੜਿਆ ਜਾਵੇ, ਮੇਰੀਆਂ ਫੋਟੋਆਂ ਡਿਲੀਟ ਕਰਾਈਆਂ ਜਾਣ, ਪਰ ਮੇਰੀ ਕੋਈ ਸੁਣਵਾਈ ਨਹੀਂ ਹੈਗੀ, ਮੇਰੀ ਕੋਈ ਸੁਣਵਾਈ ਨਹੀਂ ਹੈਗੀ। ਸਿਰਫ ਪ੍ਰਸ਼ਾਸਨ ਪੈਸੇ ਵਾਲੇ ਦੀ ਸੁਣਦਾ ਗਾ, ਗੁਰਦੀਪ ਦੀ ਹੈਲਪ ਕਰ ਰਿਹਾਗਾ, ਵਾਰ ਵਾਰ ਮੈਨੂੰ ਧਮਕੀਆਂ ਮਿਲ ਰਹੀਆਂ ਨੇ ਕਿ ਅਸੀਂ ਇਨਕੁਆਇਰੀ ਵਿੱਚ ਉਹਦਾ ਨਾਮ ਬਾਹਰ ਕੱਢਾਂਗੇ, ਅਸੀਂ ਇਹ ਤੇਰੀ ਐਫ ਆਰ ਆਈ ਕੈਂਸਲ ਕਰਵਾਵਾਂਗੇ। ਕਿਉਂ ਇੱਥੇ ਧੱਕਾ ਕਿਉਂ ਹੁੰਦਾ ਜਨਾਨੀਆਂ ਨਾਲ, ਕਿਉਂ ਸਰਕਾਰ ਉਹਦੇ ਨਹੀਂ ਸੁਣਦੀ ਨਹੀਂ ਹੈਗੀ, ਕਿਉਂ ਪ੍ਰਸ਼ਾਸਨ ਨਹੀਂ ਸੁਣਦਾ ਗਾ।